ਜੀ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਦਸ ਅਤੇ ਦਲਿਤ ਸਮਾਜ ਸੇਵਾ ਸੁਸਾਇਟੀ ਵੱਲੋਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਦਾ ਜਿਹੜਾ ਪ੍ਰਗਟ ਦੇ ਉਸਾਰ ਆ ਉਹਦੇ ਹੀ ਉਪਲਕਸ਼ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ 'ਤੇ ਅਸੀਂ ਜੋਤ ਲੈ ਕੇ ਆਉਂਦੇ ਹਾਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਦੀ, ਜਿਹੜੇ ਕਿ ਸਾਡੀਆਂ ਬੱਚੀਆਂ, ਸਾਡੀਆਂ ਬੇਟੀਆਂ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਅਤੇ ਜਿਹੜੇ ਸਾਡੇ ਵੀਰ ਆ ਪਰਮਾਤਮਾ ਨੂੰ ਮੰਨਦੇ ਆ, ਉਹ 4 ਦਿਨ ਪਹਿਲੇ ਹੀ ਬ੍ਰਹਮ ਜੋਤ ਆਪਣੇ ਘਰ ਦੇ ਵਿੱਚ ਜਗਾਉਂਦੇ ਆ ਅਤੇ 4 ਦਿਨ ਪਹਿਲੇ ਹੀ ਕੋਈ ਨਸ਼ਾ ਨਹੀਂ ਕਰਦਾ, ਕੋਈ ਮੀਟ ਮੱਛੀ ਨਹੀਂ ਬਣਦੀ। ਇਸ ਲਈ ਅਸੀਂ ਧਾਰਮਿਕਤਾ ਨੂੰ ਲੈ ਕੇ ਜਿਹੜੀ ਹੈ ਪਰਮ ਪਿਤਾ ਪਰਮਾਤਮਾ ਦਾ ਪ੍ਰਚਾਰ ਕਰ ਰਹੇ ਹਾਂ। ਵਿਸ਼ੇਸ਼ ਤੌਰ 'ਤੇ ਵੀਰ ਅਸ਼ਵਨੀ ਸਹੋਤਾ ਜੀ ਅਗਵਾਈ ਦੇ ਵਿੱਚ ਹੋ ਰਿਹਾ ਇਹ ਕੰਮ, ਔਰ ਅਸੀਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਦਾ ਜਿਹੜਾ ਪ੍ਰਚਾਰ ਹੈ ਉਹ ਇਸੇ ਰਾਹੀਂ ਅਸੀਂ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੈਂਡ ਬਾਜੇ ਵਧੀਆ ਤਰੀਕੇ ਨਾਲ ਇਹ ਪਰਮ ਪਿਤਾ ਪਰਮਾਤਮਾ ਦੀ ਜਿਹੜੀ ਪਾਲਕੀ ਹੈ ਉਹ ਬਹੁਤ ਹੀ ਅਸੀਂ ਸੁੰਦਰ ਬਣਾਈ ਹੈ, ਅਤੇ ਧਾਰਮਿਕਤਾ ਜਿਹੜੀ ਹੈ ਉਹ ਸਾਡੇ ਜਿੰਨੇ ਵੀ ਸਾਥੀ ਹੈ, ਸਾਡੇ ਯਾਰ ਦੋਸਤ ਹੈ, ਡਾਕਟਰ ਅੰਬੇਡਕਰ ਨਗਰ ਦੇ ਜਿਹੜੇ ਵਾਸੀ ਹੈ, ਸਾਰੇ ਹੀ ਡਾਕਟਰ ਅੰਬੇਡਕਰ ਵਾਸੀਆਂ 'ਤੇ ਧਾਰਮਿਕਤਾ ਨਜ਼ਰ ਆ ਰਹੀ ਹੈ। ਜੈ ਵਾਲਮੀਕਿ, ਧੰਨਵਾਦ ਜੀ। ਵੀ ਵਾਲਮੀਕ ਸਮਾਜ ਅਤੇ ਭਾਵ ਦਾ ਅਤੇ ਦਲਿਤ ਸਮਾਜ ਸੇਵਾ ਸੁਸਾਇਟੀ ਵੱਲੋਂ ਜਿਹੜਾ ਭਗਵਾਨ ਵਾਲਮੀਕ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕਰ ਰਹੇ ਨੇ, ਬੜੀ ਵੱਡੀ ਗੱਲ ਹੈ। ਜਿਵੇਂ ਮੈਨੂੰ ਦੱਸਿਆ ਗਿਆ ਕਿ ਪਹਿਲਾਂ ਇੱਥੋਂ ਜਾ ਕੇ ਉੱਥੋਂ ਰਾਮ ਤੀਰਥ ਤੋਂ ਜਾ ਕੇ ਜੋਤ ਜਿਹੜੀ ਉੱਥੇ ਜਗ ਰਹੀ ਹੈ ਭਗਵਾਨ ਦੇ ਮੰਦਰ ਵਿੱਚ, ਉੱਥੋਂ ਜੋਤ ਜਗਾ ਕੇ ਲਿਆਉਂਦੇ ਹੈ, ਫਿਰ ਇੱਥੇ ਸਾਰੇ ਮੁਹੱਲੇ ਵਿੱਚ ਉਹ ਜੋਤ ਜਗਾ ਕੇ 4 ਦਿਨ ਇਹ ਆਪਣਾ ਪੂਰਨ ਤੌਰ 'ਤੇ ਵਰਤ ਧਰਦੇ ਨੇ, ਅਤੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਣੇ ਲੋਕ ਇਤਿਹਾਸ ਨਾਲ ਜੁੜੇ ਹੋਏ ਨੇ। ਜਿਹੜੇ ਲੋਕ ਆਪਣੇ ਇਤਿਹਾਸ ਨਾਲ ਜੁੜੇ ਰਹਿੰਦੇ ਹੈ ਉਹ ਕੌਮਾਂ ਕਦੇ ਮਰਦੀਆਂ ਨਹੀਂ, ਕੌਮਾਂ ਉਹ ਮਰਦੀਆਂ ਨੇ ਜਿਹੜੇ ਆਪਣੇ ਇਤਿਹਾਸ ਤੋਂ ਦੂਰ ਹੋ ਜਾਂਦੀਆਂ ਨੇ। ਮੈਂ ਇਸ ਲਈ ਸਾਰੀ ਇਹਨਾਂ ਦੀ ਟੀਮ ਨੂੰ, ਨਰੇਸ਼ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਆਪਣੇ ਇਸ ਏਰੀਏ ਵਿੱਚ ਆਪਣੀ ਇਸ ਸ਼ਾਖ ਨੂੰ ਜ਼ਿੰਦਾ ਰੱਖਿਆ ਹੈ। ਅਤੇ ਅੱਜ ਮੈਨੂੰ ਇੱਥੇ ਆ ਕੇ 1997 ਦਾ ਉਹ ਸਮਾਂ ਯਾਦ ਆ ਗਿਆ ਜਦ ਮੈਂ ਪਹਿਲੀ ਵਾਰ ਚੋਣ ਲੜਨ ਲਈ ਇੱਥੇ ਆਇਆ ਸੀ, ਅਤੇ ਉਦੋਂ ਜਿਹੜਾ ਮੈਨੂੰ ਇਹਨਾਂ ਨੇ ਪਿਆਰ ਦਿੱਤਾ ਸੀ, ਅੱਜ 21 ਸਾਲ ਬਾਅਦ ਵੀ ਉਹੀ ਪਿਆਰ ਇਹਨਾਂ ਦਾ ਮੇਰੇ ਨਾਲ ਕਾਇਮ ਹੈ। ਮੈਂ ਇਹ ਸਾਰੇ ਹੀ ਭਾਰਤੀ ਵਾਲਮੀਕ ਸਮਾਜ ਅਤੇ ਇਹ ਦਲਿਤ ਸੇਵਾ ਸੁਸਾਇਟੀ ਨੂੰ ਵਧਾਈ ਦਿੰਦਾ ਇਸ ਚੰਗੇ ਕਾਰਜ 'ਤੇ, ਇਹਨਾਂ ਨੂੰ ਇਸ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ।